डेरा बाबा नानक दे पिंड पखो के टाली साहब विखे भारी मीह कारण घर की कंध डिगण नाल चार व्यक्ति जख्मी हो गए। दो जख्मियों नूं कलानौर दे हस्पताल विच दाखिल करवाया गया है, जदों कि दो गंभीर जख्मियों नूं गुरदासपुर दे सिविल हस्पताल विच दाखिल करवाया गया। यह घटना सवेरे करीब 5:45 ते वापरी। उस समय परिवार घर च सुता पिया सी ते इस दौरान अचानक घर की कंध टुट के हेठां डिग गई ते जिस नाल चार व्यक्ति जख्मी हो गए। हस्पताल विच जिरे इलाज नंदनी ने दस्या कि वह रोजाना की तरह रात को अपने परिवार नाल घर विच सौ रही सी तां तड़के 6:45 अचानक कंध टुट के परिवार ते डिग गई, जिस कारण परिवार मलबे हेठ आ के दब गया। आस पास के लोगों ने बड़ी मुश्किल के नाल उन्हां नूं मलबे चों बाहर कढ़िया ते हादसे विच उह ते उसका पिता निशान मसीह ते भैन सोफिया ते माँ कोमल जख्मी हो गए। सारयां नूं इलाज लई पहलां कलानौर दे सिविल हस्पताल जाया गया। नंदनी अते कोमल दी गंभीर हालत नूं देखदे होए उन्हां नूं गुरदासपुर रैफर कर दिता गया। उन्हां दा उत्थे इलाज चल रहा है ते नंदनी ने दस्सिया कि पिछले दिन हुई भारी बारिश कारण आले दुआले दे खेत च पानी भर गया सी, जिस करके नीआं पोलियां हो गईआं ते हादसा वापर गया। ਹਵੇਲੀ ਚ ਪੱਠੇ ਸਾਡੀ ਹਵੇਲੀ ਆ, ਨਾਲ ਆਪਾਂ ਪੱਠੇ ਪਾਉਂਦੇ ਪਏ ਹਾਂ। ਇਹਨਾਂ ਦੀਆਂ ਡਾਡਾ ਬਹੁਤ ਨਿਕਲੀਆਂ ਵਾ ਅਤੇ ਉਹ ਕੰਧ ਜਿਹੜੀ ਸਾਰੀ ਇਹਨਾਂ ਦੇ ਉੱਤੇ ਡਿੱਗ ਗਈ ਆ। ਇਹਨਾਂ ਦਾ ਮੂੰਹ ਵੀ ਨਹੀਂ ਲੱਭਦਾ ਪਿਆ, ਬਸ ਥੋੜ੍ਹੇ ਥੋੜ੍ਹੇ ਵਾਲ ਲੱਭਦੇ ਪਏ ਸੀ। ਬਹੁਤ ਚਾਂਗਰਾ ਕੁੜੀਆਂ ਮਾਰਦੀਆਂ ਸੀ, ਫਿਰ ਮੇਰੇ ਘਰ ਵਾਲੇ ਨੇ ਰੌਲਾ ਰਾਲਾ ਪਾਇਆ, ਬੰਦੇ ਬੁੰਦੇ ਇਕੱਠੇ ਕੀਤੇ ਆ, ਉਹਨਾਂ ਨੂੰ ਕੱਢਿਆ ਵਾ। ਅਤੇ ਘਰ ਵਾਲਾ ਤਾਂ ਉਹਨਾਂ ਦਾ ਅੱਗੇ ਹੈਂਡੀਕੈਪ ਸੀ ਅਤੇ ਉਹ ਵਿਚਾਰੀ ਆਪ ਕਰਦੀ, ਆਪ ਕਮਾਉਂਦੀ, ਆਪ ਖਾਂਦੀ ਸੀ। ਅਤੇ ਹੁਣ ਵਿਚਾਰੇ ਕਿਸ ਤਰ੍ਹਾਂ ਖਾਣਗੇ? ਹੁਣ ਉਹਨਾਂ ਨੂੰ ਗੁਰਦਾਸਪੁਰ ਲੈ ਗਿਆ, ਦੋ ਜਣੇ ਕਲਾਨੌਰ ਆ, ਦੋ ਜਣੇ ਗੁਰਦਾਸਪੁਰ ਆ, ਚੌਂ ਜਣਿਆਂ ਨੂੰ ਬਹੁਤ ਸੱਟਾਂ ਲੱਗੀਆਂ। ਗੱਲ ਪਤੇ ਹੋਈ ਪਾਣੀ ਸੁੱਤੇ ਸੀ ਰਾਤ, ਅਤੇ ਪਾਣੀ ਨਾਲ ਹੀ ਕੰਧ ਜਿਹੜੀ ਉਹ ਬਾਰਿਸ਼ ਨਾਲ ਬਹੁਤ ਖਰਾਬ ਹੋ ਗਈ। ਸੁੱਤਿਆਂ ਪਿਆਉਣ 'ਤੇ ਡਿੱਗ ਪਈ ਅਤੇ ਰੋਲੀ ਰਾਲੀ ਪਾਈ ਨਿਆਣਿਆਂ ਲੋਕਾਂ ਸਿਰ ਕਾਢੀ ਕੁੜੀ ਦਿੱਤੀ, ਅਤੇ ਮੂੰਹ ਹੀ ਦਿਖਦੇ ਸੀ ਉੱਥੇ, ਉਹ ਤਾਂ ਕੋਈ ਦਿਖਦਾ ਨਹੀਂ ਬੰਦਾ। ਨਿਸ਼ਾਨ ਨੂੰ ਵੀ ਸੱਟ ਲੱਗੀ, ਦੂਜੇ ਸਾਰਿਆਂ ਨੂੰ ਲੱਗ ਗਈ ਹੈ ਸੱਟਾਂ। ਚਾਰ ਜੀ ਆ, ਪੰਜਵਾਂ ਤਾਂ ਵਿਚਾਰਾ ਪਾਣੀ 'ਚ ਡਿੱਗਾ ਸੀ, ਪਾਣੀ 'ਚੋਂ ਕੱਢ ਕੇ ਲਿਆਉਂਦਾ ਵਿਚਾਰਿਆਂ ਮੁੰਡਿਆਂ ਨੇ। ਮੇਰਾ ਨਾਮ ਭਾਅ ਜੀ ਰਵੀ ਹੈ, ਮੈਂ ਡੇਰਾ ਬਾਬਾ ਨਾਨਕ ਤੋਂ ਹਾਂ। ਸਾਡੇ ਘਰ ਅੱਜ 6:45 ਦੀ ਗੱਲ ਆ, ਸਾਰੇ ਸੁੱਤੇ ਪਏ ਸੀਗੇ ਅਤੇ ਕੰਧ ਡਿੱਗ ਪਈ ਸੀ ਘਰ ਦੀ, ਅਤੇ ਚਾਰ ਜਣੇ ਜ਼ਖਮੀ ਹੋਏ, ਮੇਰੀਆਂ ਦੋ ਸਿਸਟਰਾਂ, ਮੰਮੀ ਅਤੇ ਪਾਪਾ ਮੇਰੇ। ਨੁਕਸਾਨ ਭਾਅ ਜੀ ਕਾਫੀ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਹਾਂਜੀ, ਬਾਰਿਸ਼ ਕਰਕੇ ਭਾਅ ਜੀ ਪਾਣੀ ਭਰਿਆ ਪਿਆ ਸੀ ਪਿੱਛੇ ਘਰ ਦੇ ਪਿੱਛੇ, ਉਹਦੇ ਕਰਕੇ ਬਾਰਿਸ਼ ਹੋਣ ਕਰਕੇ ਨੀਂਹ ਦੇ ਵਿੱਚ ਪਾਣੀ ਪੈ ਪੈ ਕੇ ਡਿੱਗ ਗਈ, ਕੰਧ ਡਿੱਗ ਗਈ ਹੈ। ਪਿਛਲੇ ਪਾਸੇ ਪੈਲੀ ਸੀ ਜੀ, ਹਾਂਜੀ, ਉਹ ਸਾਰਾ ਪਾਣੀ ਜਾਂਦਾ ਰਿਹਾ ਅਤੇ ਉਹਦੇ ਕਰਕੇ ਫਿਰ ਕੰਧ ਡਿੱਗੀ ਥੱਲੇ। ਨਹੀਂ, ਲੈਂਟਰ ਦਾ ਡਿੱਗਾ ਨਹੀਂ, ਲੈਂਟਰ ਥੋੜ੍ਹਾ ਟੇਢਾ ਹੋ ਗਿਆ, ਲੈਂਟਰ ਦਾ ਬਚਾਇਆ, ਡਿੱਗਣ 'ਤੇ ਖਤਰਾ ਹੀ ਹੈ ਲੈਂਟਰ ਦਾ ਵੀ। ਹਾਂਜੀ, ਸਾਰੇ ਤਿੰਨੇ ਮੇਰੇ ਸਿਸਟਰ ਮੇਰੀ, ਮੇਰੇ ਪਾਪਾ, ਮੰਮਾ ਮੇਰੇ, ਤਿੰਨੇ ਕੰਧ ਥੱਲੇ ਹੀ ਮੈਂ ਕੱਢੇ ਸਾਰੇ, ਸਾਡੇ ਪਿੰਡ ਦੇ ਮੁੰਡੇ ਨਾਲ ਲੱਗ ਕੇ ਸਾਰਿਆਂ ਨੇ ਕਢਵਾਇਆ ਜੀ। ਸੱਟਾਂ ਮੇਰੇ ਮੰਮਾ ਮੇਰੇ ਦੇ, ਮੇਰੇ ਸਿਸਟਰ ਦੇ, ਦੋ ਸਿਸਟਰ ਦੇ, ਇੱਕ ਪਾਪਾ ਦੇ। ਹਾਂਜੀ, ਸੱਟਾਂ ਲੱਗੀਆਂ ਜੀ। ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋ ਕੇ ਟਾਹਲੀ ਸਾਹਿਬ ਵਿਖੇ ਭਾਰੀ ਮੀਂਹ ਕਾਰਨ ਘਰ ਦੀ ਕੰਧ ਡਿੱਗਣ ਨਾਲ ਚਾਰ ਵਿਅਕਤੀ ਜ਼ਖਮੀ ਹੋ ਗਏ। ਦੋ ਜ਼ਖਮੀਆਂ ਨੂੰ ਕਲਾਨੌਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਦੋ ਗੰਭੀਰ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਘਟਨਾ ਸਵੇਰੇ ਕਰੀਬ 5:45 ਤੇ ਵਾਪਰੀ। ਉਸ ਸਮੇਂ ਪਰਿਵਾਰ ਘਰ 'ਚ ਸੁੱਤਾ ਪਿਆ ਸੀ ਅਤੇ ਇਸ ਦੌਰਾਨ ਅਚਾਨਕ ਘਰ ਦੀ ਕੰਧ ਟੁੱਟ ਕੇ ਹੇਠਾਂ ਡਿੱਗ ਗਈ ਅਤੇ ਜਿਸ ਨਾਲ ਚਾਰ ਵਿਅਕਤੀ ਜ਼ਖਮੀ ਹੋ ਗਏ। ਹਸਪਤਾਲ ਵਿੱਚ ਜਿਰੇ ਇਲਾਜ ਨੰਦਨੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣੇ ਪਰਿਵਾਰ ਨਾਲ ਘਰ ਵਿੱਚ ਸੌਂ ਰਹੀ ਸੀ ਤਾਂ ਤੜਕੇ 6:45 ਅਚਾਨਕ ਕੰਧ ਟੁੱਟ ਕੇ ਪਰਿਵਾਰ 'ਤੇ ਡਿੱਗ ਗਈ, ਜਿਸ ਕਾਰਨ ਪਰਿਵਾਰ ਮਲਬੇ ਹੇਠ ਆ ਕੇ ਦੱਬ ਗਿਆ। ਆਸ ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਅਤੇ ਹਾਦਸੇ ਵਿੱਚ ਉਹ ਅਤੇ ਉਸਦਾ ਪਿਤਾ ਨਿਸ਼ਾਨ ਮਸੀਹ ਅਤੇ ਭੈਣ ਸੋਫੀਆ ਅਤੇ ਮਾਂ ਕੋਮਲ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਪਹਿਲਾਂ ਕਲਾਨੌਰ ਦੇ ਸਿਵਲ ਹਸਪਤਾਲ ਜਾਇਆ ਗਿਆ। ਨੰਦਨੀ ਅਤੇ ਕੋਮਲ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ। ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਅਤੇ ਨੰਦਨੀ ਨੇ ਦੱਸਿਆ ਕਿ ਪਿਛਲੇ ਦਿਨ ਹੋਈ ਭਾਰੀ ਬਾਰਿਸ਼ ਕਾਰਨ ਆਲੇ ਦੁਆਲੇ ਦੇ ਖੇਤ 'ਚ ਪਾਣੀ ਭਰ ਗਿਆ ਸੀ, ਜਿਸ ਕਰਕੇ ਨੀਆਂ ਪੋਲੀਆਂ ਹੋ ਗਈਆਂ ਅਤੇ ਹਾਦਸਾ ਵਾਪਰ ਗਿਆ।
ਇੱਧਰ ਹਵੇਲੀ 'ਚ ਪੱਠੇ ਸਾਡੀ ਹਵੇਲੀ ਆ ਨਾਲ ਆਪਾਂ ਪੱਠੇ ਪਾਉਂਦੇ ਪਏ ਹਾਂ ਇਹਨਾਂ ਦੀਆਂ ਡਾਡਾ ਬਹੁਤ ਨਿਕਲੀਆਂ ਵਾ ਅਤੇ ਉਹ ਕੰਧ ਜਿਹੜੀ ਸਾਰੀ ਇਹਨਾਂ ਦੇ ਉੱਤੇ ਡਿੱਗ ਗਈ ਆ ਇਹਨਾਂ ਦਾ ਮੂੰਹ ਵੀ ਨਹੀਂ ਲੱਭਦਾ ਪਿਆ ਬਸ ਥੋੜ੍ਹੇ ਥੋੜ੍ਹੇ ਵਾਲ ਲੱਭਦੇ ਪਏ ਸੀ ਬਹੁਤ ਚਾਂਗਰਾ ਕੁੜੀਆਂ ਮਾਰਦੀਆਂ ਸੀ ਫਿਰ ਮੇਰੇ ਘਰ ਵਾਲੇ ਨੇ ਰੌਲਾ ਰਾਲਾ ਪਾਇਆ ਬੰਦੇ ਬੰਦੇ ਇਕੱਠੇ ਕੀਤੇ ਆ ਉਹਨਾਂ ਨੂੰ ਕੱਢਿਆ ਵਾ ਅਤੇ ਘਰ ਵਾਲਾ ਤਾਂ ਉਹਨਾਂ ਦਾ ਅੱਗੇ ਹੈਂਡੀਕੈਪ ਸੀ ਅਤੇ ਉਹ ਵਿਚਾਰੀ ਆਪ ਕਰਦੀ ਆਪ ਕਮਾਉਂਦੀ ਆਪ ਖਾਂਦੀ ਸੀ ਅਤੇ ਹੁਣ ਵਿਚਾਰੇ ਕਿਸ ਤਰ੍ਹਾਂ ਖਾਣਗੇ ਹੁਣ ਉਹਨਾਂ ਨੂੰ ਗੁਰਦਾਸਪੁਰ ਲੈ ਗਿਆ ਦੋ ਜਣੇ ਕਲਾਨੌਰ ਆ ਦੋ ਜਣੇ ਗੁਰਦਾਸਪੁਰ ਆ ਚੌਂ ਜਣਿਆਂ ਨੂੰ ਬਹੁਤ ਸੱਟਾਂ ਲੱਗੀਆਂ ਗੱਲ ਪਤੇ ਹੋਈ ਪਾਣੀ ਸੁੱਤੇ ਸੀ ਉਹ ਰਾਤ ਅਤੇ ਪਾਣੀ ਨਾਲ ਹੀ ਕਹਿੰਦੇ ਜਿਹੜੀ ਉਹ ਬਾਰਿਸ਼ ਨਾਲ ਬਹੁਤ ਖਰਾਬ ਹੋ ਗਈ ਅਤੇ ਸੁੱਤਿਆਂ ਪਿਆਉਣ 'ਤੇ ਡਿੱਗ ਪਈ ਅਤੇ ਰੋਲੀ ਰਾਲੀ ਪਾਈ ਨਿਆਣਿਆਂ ਲੋਕਾਂ ਸਿਰ ਕਾਢੇ ਕੁੜੀ ਤੋਂ ਅਤੇ ਮੂੰਹ ਹੀ ਦੇਖਦੇ ਸੀ ਉਹ ਤਾਂ ਉਹ ਤਾਂ ਕੋਈ ਦੇਖਦਾ ਨਹੀਂ ਬੰਦਾ ਨਿਸ਼ਾਨ ਨੂੰ ਵੀ ਸੱਟ ਲੱਗੀ ਦੇ ਸਾਰਿਆਂ ਨੂੰ ਲੱਗ ਗਈਆਂ ਸੱਟਾਂ ਚਾਰ ਜੀ ਆ ਪੰਜਵਾਂ ਤਾਂ ਵਿਚਾਰਾ ਪਾਣੀ 'ਚ ਡਿੱਗਾ ਸੀ ਪਾਣੀ 'ਚੋਂ ਕੱਢ ਕੇ ਲਿਆਉਂਦਾ ਵਿਚਾਰਿਆਂ ਮੁੰਡਿਆਂ ਨੇ ਮੇਰਾ ਨਾਮ ਭਾਅ ਜੀ ਰਵੀ ਹੈ ਮੈਂ ਡੇਰਾ ਬਾਬਾ ਨਾਨਕ ਤੋਂ ਹਾਂ ਸਾਡੇ ਘਰ ਅੱਜ 6:45 ਦੀ ਗੱਲ ਆ ਸਾਰੇ ਸੁੱਤੇ ਪਏ ਸੀਗੇ ਅਤੇ ਕੰਧ ਡਿੱਗ ਪਈ ਸੀ ਘਰ ਦੀ ਅਤੇ ਚਾਰ ਜਣੇ ਜ਼ਖਮੀ ਹੋਏ ਮੇਰੀਆਂ ਦੋ ਸਿਸਟਰਾਂ ਮੰਮੀ ਅਤੇ ਪਾਪਾ ਮੇਰੇ ਨੁਕਸਾਨ ਭਾਅ ਜੀ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਹਾਂਜੀ ਬਾਰਿਸ਼ ਕਰਕੇ ਭਾਅ ਜੀ ਪਾਣੀ ਭਰਿਆ ਪਿਆ ਸੀ ਪਿੱਛੇ ਘਰ ਦੇ ਪਿੱਛੇ ਉਹਦੇ ਕਰਕੇ ਬਾਰਿਸ਼ ਹੋਣ ਕਰਕੇ ਮੀਂਹ ਦੇ ਵਿੱਚ ਪਾਣੀ ਪੈ ਕੇ ਡਿੱਗੀ ਕੰਧ ਡਿੱਗੀ ਆ ਪਿਛਲੇ ਪਾਸੇ ਪੈਲੀ ਸੀ ਜੀ ਹਾਂਜੀ ਉਹ ਸਾਰਾ ਪਾਣੀ ਜਾਂਦਾ ਰਿਹਾ ਅਤੇ ਉਹਦੇ ਕਰਕੇ ਫਿਰ ਕੰਧ ਡਿੱਗੀ ਥੱਲੇ ਨਹੀਂ ਲੈਂਟਰ ਦਾ ਡਿੱਗਾ ਨਹੀਂ ਲੈਂਟਰ ਥੋੜ੍ਹਾ ਟੇਢਾ ਹੋ ਗਿਆ ਲੈਂਟਰ ਦਾ ਬਚਾਇਆ ਡਿੱਗਣ 'ਤੇ ਖਤਰਾ ਹੀ ਹੈ ਲੈਂਟਰ ਦਾ ਵੀ ਹਾਂਜੀ ਸਾਰੇ ਤਿੰਨੇ ਮੇਰੇ ਸਿਸਟਰ ਮੇਰੀ ਮੇਰੇ ਪਾਪਾ ਮੰਮਾ ਮੇਰੇ ਤਿੰਨੇ ਕੰਧ ਥੱਲੇ ਹੀ ਮੈਂ ਕੱਢੇ ਸਾਰੇ ਸਾਡੇ ਪਿੰਡ ਦੇ ਮੁੰਡੇ ਨਾਲ ਲੱਗ ਕੇ ਸਾਰਿਆਂ ਨੇ ਕਢਵਾਇਆ ਜੀ ਸੱਟਾਂ ਮੇਰੇ ਮੰਮਾ ਮੇਰੇ ਦੇ ਮੇਰੇ ਸਿਸਟਰ ਦੇ ਦੋ ਸਿਸਟਰ ਦੇ ਇੱਕ ਪਾਪਾ ਦੇ ਹਾਂਜੀ ਸੱਟਾਂ ਲੱਗੀਆਂ ਜੀ